ਸਤਿ ਸ਼੍ਰੀ ਅਕਾਲ ਜੀ ਸਾਡੇ ਨਾਲ ਆਫਿਸ ਪਹੁੰਚ ਚੁੱਕੇ ਨੇ ਹਰਮਨਪ੍ਰੀਤ ਸਿੰਘ ਕਪੂਰਥਲਾ ਤੋਂ ਸਭ ਤੋਂ ਪਹਿਲੇ ਇਹਨਾਂ ਨੂੰ ਵੀਜ਼ਾ ਹੈਂਡ ਓਵਰ ਕਰਦੇ ਹਾਂ ਕੰਗ੍ਰੈਚੁਲੇਸ਼ਨਸ ਹਰਮਨਪ੍ਰੀਤ ਥੈਂਕ ਯੂ ਮੈਮ ਹਰਮਨਪ੍ਰੀਤ ਕਿਵੇਂ ਲੱਗ ਰਿਹਾ ਅੱਜ ਬਹੁਤ ਖੁਸ਼ ਹੋ ਤੁਸੀਂ ਮੈਮ ਬਹੁਤ ਖੁਸ਼ੀ ਹੋ ਰਹੀ ਹੈ ਵੀਜ਼ਾ ਬਿਲੀਵ ਨਹੀਂ ਹੋਣ ਰਿਹਾ ਮੈਮ ਯਕੀਨ ਨਹੀਂ ਹੋਣ ਰਿਹਾ ਯਕੀਨ ਨਹੀਂ ਹੋ ਰਿਹਾ ਕਿ ਤੁਹਾਡਾ ਵੀਜ਼ਾ ਆ ਗਿਆ ਪਹਿਲਾਂ ਇੱਕ ਵਾਰ ਦੇਖ ਲਓ ਆਪਣੇ ਵੀਜ਼ੇ ਨੂੰ ਹਰਮਨਪ੍ਰੀਤ ਲੈਂਡਮਾਰਕ ਬਾਰੇ ਕਿਵੇਂ ਪਤਾ ਲੱਗਿਆ ਸੀ ਤੁਹਾਨੂੰ ਜਿੱਦਾਂ ਮੇਰਾ ਫਰੈਂਡ ਗਿਆ ਮੇਰੇ ਥਰੂ ਉਹਨੇ ਰਿਕਮੈਂਡ ਕੀਤਾ ਸੀਗਾ ਵੀ ਇੱਕ ਵਾਰ ਵਿਜ਼ਿਟ ਕਰ ਸੋ ਫਿਰ ਮੈਂ ਪੀ ਟੀ ਕੀਤੀ ਹੋਈ ਸੀਗੀ ਮੈਨੂੰ ਪਹਿਲਾਂ ਡਰ ਸੀਗਾ ਵੀ ਸ਼ਾਇਦ ਪੀ ਟੀ ਦੇ ਉੱਪਰ ਕੈਨੇਡਾ ਦਾ ਨਾਮ ਨਹੀਂ ਹੋ ਸਕਦਾ ਬਟ ਯੂਟਿਊਬ ਦੇ ਉੱਤੇ ਸਭ ਵੀਡੀਓਜ਼ ਦੇਖੀਆਂ ਫਿਰ ਜਲੰਧਰ ਔਫਿਸ ਵਿਜ਼ਿਟ ਕੀਤਾ ਉੱਥੇ ਭਾਵਨਾ ਮੈਮ ਸੀਗੇ ਉਹਨਾਂ ਨੇ ਬਹੁਤ ਵਧੀਆ ਗਾਈਡ ਕੀਤਾ ਸੋ ਅੱਜ ਉਹਨਾਂ ਦੇ ਬਦੌਲਤ ਓਕੇ ਜਲੰਧਰ ਬਾਅਦ ਤੁਸੀਂ ਫਸਟ ਟਾਈਮ ਵਿਜ਼ਿਟ ਕੀਤਾ ਸੀ ਜੀ ਓਕੇ ਤੁਸੀਂ ਪੀ ਟੀ ਕੀਤੀ ਹੈ ਪੀ ਟੀ ਵਿੱਚ ਸਕੋਰ ਕੀ ਨੇ ਮੈਂ ਮੇਰੇ ਪੀ ਟੀ ਦੇ ਓਵਰਆਲ 60 ਹੈ ਨੋਟ ਲੈਸ ਦੈਨ 55 ਓਕੇ ਤੇ ਹੁਣ ਕਿਹੜੇ ਕਾਲਜ ਜਾਂ ਕੋਰਸ ਤੁਸੀਂ ਜਾ ਰਹੇ ਹੋ ਮੇਰਾ ਵੀ ਹੈਗਾ ਨਾਇਗਰਾ ਕਾਲਜ ਟੋਰਾਂਟੋ ਤੇ 2 ਸਾਲ ਦੀ ਸਟੱਡੀ ਬਿਜ਼ਨਸ ਕੋਰਸ ਹੈ ਓਕੇ ਤੇ ਇੰਡੀਆ ਦੀ ਸਟੱਡੀ ਕੀ ਸੀ ਇੰਡੀਆ ਮੈਂ ਮੇਰੇ ਪਲੱਸ 2 ਸੀ ਉਸ ਤੋਂ ਬਾਅਦ ਮੇਰਾ 3 ਇਅਰ ਦਾ ਐਕਸਪੀਰੀਅੰਸ ਹੈ ਅਸਿਸਟੈਂਟ ਅਕਾਊਂਟੈਂਟ ਦਾ ਓਕੇ ਸੋ ਆਫਟਰ ਦੈਟ ਅੱਜ ਪੀਜ਼ਾ ਆ ਗਿਆ ਜੀ ਤੇ ਜਿਹੜੇ ਸਾਡੇ ਵਿਊਰਸ ਦੇਖ ਰਹੇ ਨੇ ਉਹਨਾਂ ਨੂੰ ਕੀ ਰეკਮੈਂਡ ਕਰਨਾ ਚਾਹੁੰਦੇ ਹੋ मैं यही रिकमेंड करना चाहूँगा कि एक बार जरूर लैंडमार्क पे विजिट करें सो अपना जो बाहर जाने का सपना है तो जरूर साकार होएगा थैंक यू ਜਿਵੇਂ ਹਰਮਨਪ੍ਰੀਤ ਨੇ ਦੱਸਿਆ ਕਿ ਉਹਨਾਂ ਦਾ ਬਾਹਰ ਜਾਣ ਦਾ ਸੁਪਨਾ ਸੀਗਾ ਅੱਜ ਜੋ ਪੂਰਾ ਹੋ ਰਿਹਾ ਲੈਂਡਮਾਰਕ ਦੇ ਥਰੂ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਬਾਹਰ ਜਾਣ ਦਾ ਸੁਪਨਾ ਪੂਰਾ ਹੋਵੇ ਸਾਡੇ ਕਿਸੇ ਵੀ ਨਜ਼ਦੀਕੀ ਬ੍ਰਾਂਚ ਤੁਸੀਂ ਵਿਜ਼ਿਟ ਕਰ ਸਕਦੇ ਹੋ ਸਾਡੇ ਅਲੱਗ ਅਲੱਗ ਬ੍ਰਾਂਚਿਸ ਨੇ ਪੰਜਾਬ 'ਚ ਚੰਡੀਗੜ੍ਹ 'ਚ ਵੀ ਸਾਡੀ ਬ੍ਰਾਂਚ ਹੈ ਮੋਹਾਲੀ 'ਚ ਸਾਡਾ ਹੈੱਡ ਆਫਿਸ ਹੈ ਅੰਮ੍ਰਿਤਸਰ ਬਠਿੰਡਾ ਲੁਧਿਆਣਾ ਜਲੰਧਰ ਮੋਗਾ 'ਚ ਕਿਸੇ ਵੀ ਬ੍ਰਾਂਚ ਤੁਸੀਂ ਵਿਜ਼ਿਟ ਕਰ ਸਕਦੇ ਹੋ ਨੀਚੇ ਸਾਡਾ ਨੰਬਰ ਫਲੈਸ਼ ਹੋ ਰਿਹਾ ਉਸ 'ਤੇ ਤੁਸੀਂ ਕਾਲ ਕਰੋ ਆਪਣੇ ਪਹਿਲਾਂ ਡਾਊਟ ਕਲੀਅਰ ਕਰੋ ਦੈਨ ਤੁਸੀਂ ਵਿਜ਼ਿਟ ਕਰੋ ਅਤੇ ਆਪਣੇ ਫਾਈਲ ਦਾ ਪ੍ਰੋਸੈਸ ਸਟਾਰਟ ਕਰਵਾਓ ਅਤੇ ਆਪਣੇ ਬਾਹਰ ਜਾਣ ਦੇ ਸੁਪਨੇ ਨੂੰ ਪੂਰਾ ਕਰੋ ਥੈਂਕ ਯੂ ਸੋ ਮਚ